ਸੋ ਅੱਜ ਦੀ ਵੀਡੀਓ ਵਿੱਚ ਆਪਾਂ ਸੋਲਵ ਕਰਨ ਜਾ ਰਹੇ ਹਾਂ ਪੰਜਾਬ ਅਚੀਵਮੈਂਟ ਸਰਵੇਪ ਸਪਟੰਬਰ ਟੈਸਟ ਕਲਾਸ 10th ਮੈਥਮੈਟਿਕਸ ਤੇ ਅੱਜ ਆਪਾਂ ਉਸ ਦਾ ਕਰਨ ਜਾ ਰਹੇ ਹਾਂ ਫਰਸਟ ਕੁਐਸਚਨ ਇਸ ਵੀਡੀਓ ਵਿੱਚ ਸੋਲਵ ਤੇ ਫਰਸਟ ਕੁਐਸਚਨ ਕਾਫੀ ਇੰਪੋਰਟੈਂਟ ਕੁਐਸਚਨ ਹੈ ਤੇ ਇਹ ਲੌਜੀਕਲ ਕੁਐਸਚਨ ਹੈ ਤੇ ਆਓ ਦੇਖਦੇ ਹਾਂ ਕਿ ਇਸ ਕੁਐਸਚਨ ਨੂੰ ਆਪਾਂ ਕਿਸ ਤਰ੍ਹਾਂ ਈਜ਼ੀ ਵੇ ਨਾਲ ਸੋਲਵ ਕਰ ਸਕਦੇ ਹਾਂ ਕੁਐਸਚਨ ਇਸ ਤਰ੍ਹਾਂ ਹੈ ਜੇਕਰ ਪੀ ਇੱਕ ਅਪਾਰ ਸੰਖਿਆ ਹੈ ਅਤੇ ਪੀ ਕੇ ਦੇ ਵਰਗ ਨੂੰ ਭਾਗ ਕਰਦੀ ਹੈ ਤਾਂ ਪੀ ਡੈਸ਼ ਨੂੰ ਭਾਗ ਕਰਦੀ ਹੈ ਹੁਣ ਇਸ ਡੈਸ਼ ਦੇ ਵਿੱਚ ਚਾਰ ਆਪਸ਼ਨ ਦਿੱਤੀਆਂ ਹੋਈਆਂ ਹਨ k+3 3k-1 k 3k+2 ਇੱਥੇ ਆਪਾਂ ਦੇਖਣਾ ਹੈ ਕਿ ਚਾਰ ਆਪਸ਼ਨ ਦੇ ਵਿੱਚੋਂ ਕਿਹੜੀ ਰਾਈਟ ਆਪਸ਼ਨ ਆਪਣੇ ਕੋਲ ਹੋ ਸਕਦੀ ਹੈ ਤੇ ਇੰਗਲਿਸ਼ ਵਿੱਚ ਸਟੇਟਮੈਂਟ ਇਸ ਤਰ੍ਹਾਂ ਹੈ p ਇੱਕ ਪ੍ਰਾਈਮ ਨੰਬਰ ਹੈ p ਇਸ ਅ ਪ੍ਰਾਈਮ ਨੰਬਰ ਐਂਡ p ਡਿਵਾਈਡਸ k² ਜੋ p ਹੈ ਉਹ k ਦੇ ਵਰਗ ਨੂੰ k ਦੇ ਸਕੁਅਰ ਨੂੰ ਡਿਵਾਈਡ ਕਰਦਾ ਹੈ ਤਾਂ then p divides ਤੇ ਪੀ ਕਿਸ ਨੂੰ ਡਿਵਾਈਡ ਕਰੇਗਾ ਇਹ ਚਾਰ ਆਪਸ਼ਨ ਵਿੱਚੋਂ ਆਪਾਂ ਦੇਖਣਾ ਹੈ ਹੁਣ ਇਸ ਦੇ ਵਿੱਚ ਦੋ ਚੀਜ਼ਾਂ ਮੇਨ ਹਨ ਆਪਣੇ ਕੋ ਇੱਕ ਹੈ ਪੀ ਤੇ ਦੂਸਰਾ ਆਪਣੇ ਕੋ ਹੈ ਕੇ ਦਾ ਸਕੁਅਰ ਦੋ ਚੀਜ਼ਾਂ ਹਨ ਜੋ ਪੀ ਹੈ ਉਹ ਕੇ ਦੇ ਸਕੁਅਰ ਨੂੰ ਡਿਵਾਈਡ ਕਰਦੀ ਹੈ ਹੁਣ ਆਪਾਂ ਪੀ ਕਿਹੜੇ ਨੰਬਰ ਹੁੰਦੇ ਹਨ ਧਿਆਨ ਨਾਲ ਦੇਖੋ ਪੀ ਆਪਣੇ ਕੋ ਹੁੰਦੇ ਹਨ ਪ੍ਰਾਈਮ ਨੰਬਰ ਅਪਾਰ ਸੰਖਿਆਵਾਂ ਤੇ ਕਿੱਥੋਂ ਸਟਾਰਟ ਹੁੰਦੀਆਂ ਹਨ 2 ਤੋਂ 2 3 5 ਐਂਡ ਸੋ ਆਨ ਉਹ ਨੰਬਰ ਜਿਹੜੇ ਸਿਰਫ ਆਪਣੇ ਹੀ ਪਾੜੇ ਵਿੱਚ ਆਉਂਦੇ ਹਨ ਉਹਨਾਂ ਨੂੰ ਆਪਾਂ ਪ੍ਰਾਈਮ ਨੰਬਰ ਆਪਾਂ ਅਸੰਖਿਆਵਾਂ ਕਹਿੰਦੇ ਨੇ ਹਾਂ ਤੇ ਦੂਸਰੇ ਪਾਸੇ ਆਪਾਂ ਲੈਣਾ ਹੈ ਕੇ ਦਾ ਵਰਗ ਹੁਣ ਕੇ ਦਾ ਵਰਗ ਧਿਆਨ ਨਾਲ ਦੇਖੋ ਕਿਸੇ ਨੰਬਰ ਦਾ ਵਰਗ ਲੈ ਰਹੇ ਹਾਂ ਕਿਸੇ ਨੰਬਰ ਦਾ ਸਕੁਅਰ ਲੈ ਰਹੇ ਹਾਂ ਤੇ ਆਪਾਂ ਸਟਾਰਟ ਕਰਦੇ ਨੇ 1 ਦੇ 1 ਦੇ ਵਰਗ ਤੋਂ 1 ਦਾ ਵਰਗ ਆਪਣੇ ਕੋ 1 ਆ ਜਾਏਗਾ 2 ਦਾ ਵਰਗ ਆਪਣੇ ਕੋ 4 ਆ ਜਾਏਗਾ 3 ਦਾ ਵਰਗ ਆਪਣੇ ਕੋ 9 ਆ ਜਾਏਗਾ 4 ਦਾ ਵਰਗ ਆਪਣੇ ਕੋ 16 ਆ ਜਾਏਗਾ ਐਂਡ ਸੋ ਆਨ ਤੇ ਹੁਣ ਆਪਾਂ ਕੁਐਸਚਨ ਨੂੰ ਸੋਲਵ ਕਰਨ ਲਈ ਆਪਾਂ ਕਰਨਾ ਇੱਕ ਨੰਬਰ ਆਪਾਂ ਪੀ ਵਿੱਚੋਂ ਲੈਣਾ ਹੈ ਤੇ ਦੂਸਰਾ ਨੰਬਰ ਆਪਾਂ ਕੇ ਦੇ ਵਰਗ ਵਿੱਚੋਂ ਲੈਣਾ ਹੈ ਮੰਨ ਲਓ ਪੀ ਦੇ ਵਿੱਚੋਂ ਮੈਂ ਨੰਬਰ ਚੂਜ਼ ਕਰ ਲੈਣਾ ਹਨ 2 ਪੀ ਦੇ ਵਿੱਚੋਂ ਮੈਂ ਨੰਬਰ ਚੂਜ਼ ਕਰ ਲਿਆ ਹੈ 2 ਤੇ ਕੇ ਦੇ ਵਰਗ ਵਿੱਚੋਂ ਮੈਂ ਨੰਬਰ ਚੂਜ਼ ਕਰ ਲੈਣਾ ਹਨ ਇਹ ਵਾਲਾ 4 ਦਾ ਵਰਗ 16 ਇਹ 4 ਦਾ ਵਰਗ ਆਪਣੇ ਕੋ 16 ਇਸ ਨੰਬਰ ਨੂੰ ਮੈਂ ਚੂਜ਼ ਕਰ ਲਿਆ ਹੈ ਹੁਣ ਧਿਆਨ ਨਾਲ ਦੇਖੋ ਜੋ ਪਹਿਲਾ ਕੁਐਸਚਨ ਵਿੱਚ ਕੀ ਲਿਖਿਆ ਪੀ ਡਿਵਾਈਡਸ ਪੀ ਜੋ ਹੈ ਉਹ ਕੇ ਦੇ ਵਰਗ ਨੂੰ ਭਾਗ ਕਰਦਾ ਹੈ ਜੋ ਧਿਆਨ ਨਾਲ ਦੇਖੋ ਜੋ 2 ਹੈ ਇਹ ਮੈਂ ਇਸ ਨੂੰ ਨੰਬਰ ਨੂੰ ਕਿਉਂ ਲਿਆ 4 ਦਾ ਵਰਗ 16 ਕਿਉਂਕਿ ਜੋ 2 ਹੈ ਉਹ ਕਿਸ ਨੂੰ ਭਾਗ ਕਰਦਾ ਹੈ 16 ਨੂੰ ਭਾਗ ਕਰਦਾ ਹੈ 2 ਦੇ ਪਹਾੜੇ ਵਿੱਚ 16 ਆ ਜਾਂਦਾ ਹੈ ਇਟ ਮੀਨ ਜੋ ਪੀ ਹੈ ਉਹ ਕਿਸ ਨੂੰ ਡਿਵਾਈਡ ਕਰ ਰਿਹਾ ਹੈ ਕੇ ਦੇ ਵਰਗ ਨੂੰ ਤੇ ਇੱਥੇ ਆਪਣੇ ਕੋਲ ਕੇ ਕੀ ਹੈ ਧਿਆਨ ਨਾਲ ਦੇਖੋ 4 ਤੇ ਦੇਖੋ ਧਿਆਨ ਨਾਲ ਇਹ ਜੋ 2 ਹੈ ਉਹ 4 ਨੂੰ ਵੀ ਭਾਗ ਕਰੇਗਾ ਕਿਉਂਕਿ 2 ਦੇ ਪਹਾੜੇ ਵਿੱਚ 16 ਵੀ ਆ ਜਾਂਦਾ ਹੈ ਤੇ 2 ਦੇ ਪਹਾੜੇ ਵਿੱਚ ਚਾਰ ਵੀ ਆ ਜਾਂਦਾ ਹੈ ਇਟ ਮੀਨ ਜੇਕਰ ਆਪਾਂ ਇਸ ਨੂੰ ਇਸ ਨਾਲ ਕੰਪੇਅਰ ਕਰਦੇ ਹਾਂ ਕਿ ਜੇ ਕੇ ਦਾ ਵਰਗ ਆਪਣੇ ਕੋਲ 16 ਹੈ ਜੇਕਰ 2 16 ਨੂੰ ਭਾਗ ਕਰ ਰਿਹਾ ਹੈ ਤੇ ਉਸ ਨੂੰ ਡਿਵਾਈਡ ਕਰ ਰਿਹਾ ਹੈ ਤੇ 2 ਕਿਸ ਨੂੰ ਡਿਵਾਈਡ ਕਰੇਗਾ ਫਿਰ ਕੇ ਨੂੰ ਵੀ ਡਿਵਾਈਡ ਕਰੇਗਾ ਇਟ ਮੀਨ ਆਪਣੇ ਕੋਲ ਰਾਈਟ ਆਪਸ਼ਨ ਕਿਹੜੀ ਹੈ ਇਹਨਾਂ ਚਾਰਾਂ ਵਿੱਚੋਂ ਕੇ ਆਪਸ਼ਨ ਆ ਜਾਏਗੀ ਥਰਡ ਆਪਸ਼ਨ ਕਿ ਜੇਕਰ ਆਪਣੇ ਕੋਲ ਕੋਈ ਨੰਬਰ ਪ੍ਰਾਈਮ ਨੰਬਰ ਅਭਾਜ ਸੰਖਿਆ ਕੇ ਦੇ ਵਰਗ ਨੂੰ ਭਾਗ ਕਰਦੀ ਹੈ ਤਾਂ ਉਹ ਕੇ ਨੂੰ ਵੀ ਜੂੜ ਭਾਗ ਕਰੇਗੀ ਧੰਨਵਾਦ